ਉਹ ਸਾਲ ਕੁੱਲ 70 ਬੀਤ ਗਏ ਨੇ ਬਈ ਹਾਲੇ ਤੱਕ ਨਾ ਮਿਲੀ ਆਜ਼ਾਦੀ ਹੱਕਾਂ ਲਈ ਬੋਲਦਿਆਂ ਤਾਂ ਸਾਨੂੰ ਆਖਣ ਉਹ ਅਤਵਾਦੀ ਅੰਮ੍ਰਿਤਪਿੰਡ ਕੁਦੇ ਦਾ ਓਏ ਗੱਲਾਂ ਆਖਰ ਆਏ ਖਰੀਆਂ ਵਾ ਵਾ ਸਰਕਾਰੇ ਨੀ ਤਰਕੀਆਂ ਬਹੁਤ ਪੰਜਾਬ ਦੇ ਕਰੀਆਂ ਮੇਰੇ ਦਿਮਾਗ 'ਚ ਕਦੇ ਵੀ ਇਹ ਗੱਲ ਨਹੀਂ ਆਈ ਵੀ ਆਪਾਂ ਚੱਕਵੇਂ ਹੀ ਗਾਉਣੇ ਆ ਸਗੋਂ ਜਦੋਂ ਗੀਤ ਪਹਿਲਾ ਗਾਤਾ ਸਰਕਾਰੀ ਉਸ ਤੋਂ ਬਾਅਦ ਇੱਕ ਦੋ ਪ੍ਰੋਡਿਊਸਰਾਂ ਨੇ ਜ਼ਰੂਰ ਕਨਵੈਂਸ ਕੀਤਾ ਵੀ ਤੁਸੀਂ ਹਾਂ ਚੱਕਵੇਂ ਗਾਓ ਚੱਕਵੇਂ ਤੋਂ ਬਿਨਾ ਤੁਸੀਂ ਚੱਲ ਨਹੀਂ ਸਕਦੇ ਆਪਾਂ ਦੇਖੀਏ ਕਿ ਫਿਲਮ 'ਚ ਇੱਕ ਹੀਰੋ 10-10 ਜਣਿਆਂ ਨੂੰ ਕੁੱਟ ਜਾਂਦਾ ਉਹ ਸੱਚ ਨਹੀਂ ਹੁੰਦਾ ਪਰ ਉਹ ਹੀਰੋ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਉਹਦੀ ਕਲਾ ਐਹੋ ਜੀ ਹੁੰਦੀ ਆ ਵੀ ਆਪਾਂ ਨੂੰ ਯਕੀਨ ਆ ਜਾਂਦਾ ਉਹ 10 ਬੰਦਿਆਂ ਨੂੰ ਕੁੱਟ ਗਿਆ ਹੁਣ ਜਿਹੜੇ ਬੰਦੇ ਚੱਲ ਰਹੇ ਨੇ ਚੱਕਮਾ ਤਾਂ ਹੋਰ ਵੀ ਗਾਈ ਜਾਂਦੇ ਨੇ ਜੇ ਉਹਨਾਂ ਦੀ ਪੱਖ ਦੀ ਗੱਲ ਕਰੀਏ ਤਾਂ ਦੇਖੋ ਉਹਨਾਂ ਦੀ ਲਿਖਤ 'ਚ ਜਾਂ ਉਹਨਾਂ ਦੇ گاਉਂ 'ਚ ਦਮ ਇੰਨਾ ਕੁ ਹੁੰਦਾ ਹੈ ਵੀ ਉਹ ਲੋਕਾਂ ਨੂੰ ਯਕੀਨ ਹੋ ਜਾਂਦਾ ਵੀ ਹਾਂ ਵਾਕਈ ਇਹ ਬੰਦਾ ਚੱਕਮਾ ਹੈ ਜਦੋਂ ਕਿ ਆਪਾਂ ਨੂੰ ਵੀ ਪਤਾ ਵੀ ਕਿੰਨੇ ਕ ਜੱਟ ਬੰਦੇ ਮਾਰਦੇ ਆ ਜਾਂ گاਉਂ ਵਾਲੇ ਉਹ ਬੰਦੇ ਨੇ ਕਿੰਨੇ ਕ ਬੰਦੇ ਮਾਰਤੇ ਹਨ ਉਹ ਵੇੜ ਸਵੇਆ ਚ ਹੈ ਨਹੀਂ ਵੇੜ ਐਸੇ ਸਨ ਆਏ ਦਿੱਲੀ ਚੜ ਗਈ ਜਵਾਨੀ ਸੀ ਮੁਕਾਬਲੇ ਬਣਾਏ ਮਾਮੂਲੀ ਜਾਸਪਾਈ ਬਣਦਾ ਜਨਾਬ ਦੇਖਿਆ ਐਸਾ ਬਸਦੀ ਮੈਂ ਬਾਰੀ ਚੋਂ ਪੰਜਾਬ ਦੇਖਿਆ ਵੀਰੇ ਮੈਂ ਪਸ਼ੂਆਂ ਦਾ ਕੰਮ ਸਾਰਾ ਕਰਦਾ 10 ਪਸ਼ੂ ਰੱਖੇ ਹੋਏ ਨੇ ਸਾਡੇ ਠੀਕ ਹੈ ਉਹ 10 ਪਸ਼ੂ ਮੈਂ ਸੰਭਾਲਦਾ ਤਾਂ ਉਹਦੇ ਚ ਕੋਈ ਇਨਕਮ ਨਹੀਂ ਹੈਗੀ ਤਾਂ ਫਿਰ ਉਹਨੂੰ ਬੇਲਾ ਹੀ ਮੰਨਦੇ ਨੇ ਹੋਤੀ ਨਤ ਕਾਇਏ ਆਪਣੇ ਹੀ ਪਿੰਡ ਦੀ ਆ ਅਸ਼ਕੀ ਚ ਕਾਟੇ ਯਾਰੋ ਪੱਤ ਖਿੰਡਦੀ ਹੋ ਯਾਰੀਆਂ ਚ ਟੈਗ ਮਾੜਾ ਯਾਰ ਮਾਰਦਾ ਦਿਲ ਕਦੇ ਤੋੜੀਏ ਨਾ ਸੱਚੇ ਪਿਆਰ ਦਾ ਜਿੰਨੀ ਵਾਰ ਵੀ ਹਾਂ ਲੰਗੇ ਸਰਹੰਦ ਕੋਲ ਦੀ ਸਾਂਭੀ ਬੈਠੀ ਹਾਂ ਮੈਂ ਅਣਖਾਂ ਉਹ ਕੰਦ ਬੋਲਦੀ ਠੰਡੇ ਬੁਰਜ ਚ ਜੌਣ ਦਾ ਆਖੂ ਆਬ ਦੇਖਿਆ ਐਸਾ ਬਸਦੀ ਮੈਂ ਬਾਰੀ ਚੋਂ ਪੰਜਾਬ ਦੇਖਿਆ ਐਸਾ ਬਸਦੀ ਮੈਂ ਬਾਰੀ ਚੋਂ ਪੰਜਾਬ ਦੇਖਿਆ ਚਿੱਟਾ ਪਾਕ ਵੱਲੋਂ ਆਵੇ ਹੋ ਕੇ ਪੈਕਟਾਂ ਚ ਬੰਦ ਪਾਤੇ ਘਰਾ ਚ ਕਲੇ ਛਵੇੜੇ ਉਸਰ ਜੇ ਕੰਦ ਵਾੜ ਥੋਰਾ ਦੀ ਚ ਘਿਰਿਆ ਗੁਲਾਬ ਦੇਖਿਆ ਐਸਾ ਬਸਦੀ ਮੈਬਾਰੀ ਚੋਂ ਪੰਜਾਬ ਦੇਖਿਆ ਤੀ ਸਬਨਾ ਤੂੰ ਤੇ ਬਾਣੀ ਵਿੱਚ ਵਢਾਈ ਲੋਕੀ ਬਦਨੀਤੇ ਹੋ ਗਏ ਫਿਰੇ ਹਵਸ਼ੀ ਲੁਕਾਈ ਕੁਦੇ ਕੁੜੀਆਂ ਦੇ ਚਿਹਰੇ ਤੇ ਤਜ਼ਾਬ ਦੇਖਿਆ ਐਸਾ ਬਸਦੀ ਮੈ ਬਾਰੀ ਚੋਂ ਪੰਜਾਬ ਦੇਖਿਆ ਮੇਰਾ ਨਾਮ ਪਸ਼ਪਿੰਦਰ ਸਿੰਘ ਹੈ ਜੀ ਪੂਰਾ ਤੇ ਮੇਰਾ ਨਿਕਨੇਮ ਘਰ ਦੇ ਮੈਨੂੰ ਪਿੰਦੂ ਕਹਿੰਦੇ ਆ ਘਰ ਦੇ ਪਿੰਡ ਚ ਦੋਸਤ ਜਿਹੜੇ ਉਹ ਪਿੰਦੂ ਕਹਿੰਦੇ ਆ ਪਿੰਡ ਕੁੱਦਾ ਜ਼ਿਲ੍ਹਾ ਬਠਿੰਡਾ ਮੇਰੇ ਜਿਹੜੇ ਦਾਦਾ ਜੀ ਸੀਗੇ ਸਟਾਰਟਿੰਗ ਤੋਂ ਤਾਂ ਉਹ ਇੱਕ ਤਰ੍ਹਾਂ ਦੀ ਕਵਿਸ਼ਰੀ ਤੇ ਕਲੀਆਂ ਵਗੈਰਾ ਤੇ ਜਿਵੇਂ ਆਪਣੇ ਪਾਠ ਕਰਨ ਦਾ ਵੀ ਉਹਨਾਂ ਨੂੰ ਮਤਲਬ ਮੈਂ ਕਿਦੇ ਵਿੱਚ ਬੋਲਣ ਦਾ ਬਹੁਤ ਸ਼ੌਂਕ ਸੀਗਾ ਤੇ ਉਹ ਬਹੁਤ ਚਿਰ ਮਤਲਬ ਇਸ ਲਾਈਨ ਨਾਲ ਜੁੜੇ ਰਹੇ ਜਿੰਨਾ ਚਿਰ ਉਹ ਜਿਉਂਦੇ ਰਹੇ ਤਾਂ ਉਹਨਾਂ ਤੋਂ ਮੈਨੂੰ ਵੀ ਐਂ ਲੱਗਦਾ ਹੁੰਦਾ ਸੀ ਵੀ ਮੈਂ ਵੀ ਨਾਲ ਗਾਵਾਂ ਤੇ ਥੋੜਾ ਜਿਹਾ ਮੈਂ ਇਸ ਕੰਮ ਚ ਪਿਛੜਿਆ ਆਂ ਵੀ ਮੈਂ 10th ਤੋਂ ਬਾਅਦ ਡਿਪਲੋਮਾ ਕਰਨ ਲੱਗ ਗਿਆ ਇਲੈਕਟ੍ਰੀਕਲ ਦਾ ਤਾਂ ਉਹਦਾ ਸਾਹਿਤ ਨਾਲ ਕੋਈ ਬੜਾ ਮੇਲ ਨਹੀਂ ਰਹਿੰਦਾ ਹਨ ਇਸ ਲਾਈਨ ਦੇ ਨਾਲ ਤਾਂ ਕਰਕੇ ਥੋੜਾ ਇਸ ਲਾਈਨ ਤੋਂ ਪਿੱਛੜ ਗਿਆ ਉਸ ਤੋਂ ਬਾਅਦ ਬੀ ਟੈਕ ਕੀਤੀ ਪਰ ਯੂਥ ਫੈਸਟੀਵਲ ਨੇ ਥੋੜਾ ਜਿਹਾ ਮੈਨੂੰ ਜੋੜਿਆ ਫਿਰ ਬੀ ਟੈਕ ਕੰਪਲੀਟ ਕਰਨ ਤੋਂ ਬਾਅਦ ਮੈਂ ਸੋਚਿਆ ਵੀ ਇਸੇ ਲਾਈਨ 'ਚ ਆਪਾਂ ਕੰਮ ਕਰਾਂਗੇ ਤਾਂ ਫਿਰ ਉਸ ਤੋਂ ਬਾਅਦ ਬਾਈ ਅਮਰਤਪਾਲ ਦਾ ਉਹ ਆਪਾਂ ਗੀਤ ਕੀਤਾ ਬਸ ਦੀ ਬਾਰੀ ਤੇ ਸਰਕਾਰੀ ਗੀਤ ਕੀਤਾ ਸੀ ਜਿਹੜਾ ਪਹਿਲਾਂ ਕੀਤਾ ਸੀ حق ਮੰਗਦੀ ਜਮਤਾ ਤੇ ਨਿਤਵਾਰ ਦੀ ਡਾਂਗ ਸਰਕਾਰੀ ਖਾਲੇ ਥੋ ਡਿਕ ਰੱਪਸ਼ਨ ਨੇ ਵੇਲ ਵਾਂਗੂ ਬਦਦੀ ਬੇਰੁਜ਼ਗਾਰੀ ਬੇਲੇ ਬੈਠੇ ਖੁੰਡਾਂ ਤੇ ਬੇਲੇ ਬੈਠੇ ਖੁੰਡਾਂ ਤੇ ਡਿਗਰੀਆਂ ਵਿੱਚ ਫੈਲਾ ਦੇ ਜੜੀਆਂ ਵਾਹ ਵਾਹ ਸਰਕਾਰੇ ਨੀ ਤਰਕੀਆਂ ਬਹੁਤ ਪੰਜਾਬ ਨੇ ਕਰੀਆਂ ਉਹ ਸਾਲ ਕੁੱਲ 70 ਬੀਤ ਗਏ ਨੇ ਬਈ ਹਾਲੇ ਤੱਕ ਨਾ ਮਿਲੀ ਆਜ਼ਾਦੀ ਹੱਕਾਂ ਲਈ ਬੋਲਦਿਆਂ ਤਾਂ ਸਾਨੂੰ ਆਖਣ ਉਹ ਅਤਵਾਦੀ ਅੰਮ੍ਰਿਤਪਿੰਡ ਕੁਦੇ ਦਾ ਓਏ ਗੱਲਾਂ ਆਖਰ ਆਏ ਖਰੀਆਂ ਵਾ ਵਾ ਸਰਕਾਰੇ ਨੀ ਤਰਕੀਆਂ ਬਹੁਤ ਪੰਜਾਬ ਦੇ ਕਰੀਆਂ ਜਦੋਂ ਬੀ ਟੈਕ ਦੇ ਮੈਂ ਫਾਈਨਲ ਈਅਰ ਚ ਸੀਗਾ ਤਾਂ ਮੈਨੂੰ ਉੱਥੇ ਉਸਤਾਦ ਜੀ ਬਲਜੀਤ ਸਰ ਬਲਦੀਪ ਸਿੰਘ ਸਮਾਗ ਜੀ ਉਹ ਮਿਲੇ ਮੈਂ ਮਤਲਬ ਜਿਵੇਂ ਆਪਾਂ ਕਹਦੇ ਆ ਵੀ ਰਾਗਾਂ ਬਾਰੇ ਤਾਂ ਨਹੀਂ ਸਿੱਖਿਆ ਪਰ ਮੈਂ ਉਹਨਾਂ ਕੋਲੇ ਤਿਆਰੀਆਂ ਲਾਈਆਂ ਨੇ ਕੱਲੇ-ਕੱਲੇ ਗੀਤ ਦੀਆਂ ਕੰਪੀਟੀਸ਼ਨ ਦੇ ਹਿਸਾਬ ਨਾਲ ਤੋਂ ਜਿੰਨਾ ਕੁ ਸੁਣ-ਸੁਣ ਕੇ ਸਿੱਖਿਆ ਗਿਆ ਜਾਂ ਤਿਆਰੀਆਂ ਨਾਲ ਸਿੱਖਿਆ ਗਿਆ ਉਹਨਾਂ ਕੁ ਮੈਂ 우ਸਤਾਦ ਬਲਦੀਪ ਸਿੰਘ ਜੀ ਤੋਂ ਸਿੱਖਿਆ ਚੱਕਮੇ ਵਾਲਾ ਮਨ ਚ ਕਦੇ ਵੀ ਨਹੀਂ ਆਇਆ ਅਸੀਂ ਸਰਕਾਰੀ ਗੀਤ ਪਹਿਲਾਂ ਕੀਤਾ ਸੀ ਜਦੋਂ ਅਮਰਤਪਾਲ ਨੇ ਗੀਤ ਸਰਕਾਰੀ ਮਨ ਲਾਦਾ ਲਿਖਿਆ ਨਹੀਂ ਹੋਣਾ ਮਤਲਬ ਅਸੀਂ ਛੋਟੇ ਹੁੰਦੇ ਹਾਂ ਤੋਂ ਜਦੋਂ ਛੋਟੇ-ਛੋਟੇ ਬੱਚੇ ਹੁੰਦੇ ਉਦੋਂ ਤੋਂ ਅਸੀਂ ਦੋਸਤ ਹੈ ਜਦੋਂ ਵੀ ਇਹ ਕੋਈ ਗੀਤ ਲਿਖਦਾ ਸੀ ਤਾਂ ਉਹ ਗੀਤ ਪਹਿਲਾਂ ਮੈਨੂੰ ਹੀ ਮਤਲਬ ਮੈਂ ਹੀ ਮਤਲਬ ਮੈਨੂੰ ਹੀ ਸੁਣਾਉਂਦਾ ਸੀ ਉਸ ਤੋਂ ਬਾਅਦ ਮੈਂ ਉਹਨੂੰ ਗਾਉਂਦਾ ਸੀਗਾ ਉਹ ਪਿੰਡਾਂ ਦੇ ਵਿੱਚ ਜਾਂ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਸੀਗਾ ਹਨਾ ਤਾਂ ਉੱਥੇ ਗਾਉਂਦੇ ਸੀਗੇ ਤਾਂ ਮੈਂ ਤਾਂ ਇਸ ਸਾਈਡ ਪਹਿਲਾਂ ਹੀ ਜੁੜਿਆ ਹੋਇਆ ਸੀਗਾ ਤੇ ਮੇਰੇ ਦਿਮਾਗ 'ਚ ਕਦੇ ਵੀ ਇਹ ਗੱਲ ਨਹੀਂ ਆਈ ਵੀ ਆਪਾਂ ਚੱਕਵੇਂ ਹੀ ਗਾਉਣੇ ਆ ਸਗੋਂ ਜਦੋਂ ਗੀਤ ਪਹਿਲਾ ਗਾਤਾ ਸਰਕਾਰੀ ਉਸ ਤੋਂ ਬਾਅਦ ਇੱਕ ਦੋ ਪ੍ਰੋਡਿਊਸਰਾਂ ਨੇ ਜ਼ਰੂਰ ਕਨਵਿੰਸ ਕੀਤਾ ਵੀ ਤੁਸੀਂ ਹਾਂ ਚੱਕਵੇਂ ਗਾਓ ਚੱਕਵੇਂ ਤੋਂ ਬਿਨਾ ਤੁਸੀਂ ਚੱਲ ਨਹੀਂ ਸਕਦੇ ਪਰ ਜਿਹੜੀ ਦਿਲੀ ਇੱਛਾ ਸੀ ਪਤਾ ਨਹੀਂ ਤਾਂ ਉਹ ਇਹਦੇ ਨਾਲ ਰਹਿਣ ਕਰਕੇ ਤੇ ਜਾਂ ਉਹ ਕੁਛਕ ਜਿਵੇਂ ਭਗਤ ਸਿੰਘ ਕਮੇਟੀ ਬਣੀ ਹੋਈ ਆ ਪਿੰਡ ਦੀ ਉਹਨਾਂ ਨਾਲ ਜੁੜੇ ਹੋਣ ਕਰਕੇ ਕਦੇ ਮਨ ਦੀ ਇੱਛਾ ਨਹੀਂ ਹੋਈ ਵੀ ਚੱਕਵੇਂ ਗਾਈਏ ਮਨ ਦੀ ਇੱਛਾ ਇਹੀ ਹੈ ਵੀ ਇਹ ਚੀਜ਼ ਗਾਈਏ ਜਿਹੜੀ ਸਚਾਈ ਹੈ ਸਚਾਈ ਗਾਉਣ ਨੂੰ ਦਿਲ ਕਰਦਾ ਜਿਵੇਂ ਆਪਾਂ ਮੰਨਦੇ ਆਂ ਵੀ ਜੱਟਾਂ ਦੇ ਉੱਤੇ ਗੀਤ ਚੱਲਦੇ ਨੇ ਉਹਦੇ ਵਿੱਚ ਨਾ ਕਿਸੇ ਬੰਦੇ ਨੇ ਇੱਕ ਗੱਲ ਕਹੀ ਸੀ ਆਪਾਂ ਮੋਸਟਲੀ ਫਿਲਮਾਂ ਦੇਖਦੇ ਆਂ ਫਿਲਮਾਂ ਦੇ ਵਿੱਚ ਹੀਰੋ 10-10 ਜਣਿਆਂ ਨੂੰ ਕੁੱਟ ਜਾਂਦਾ ਹੁਣ ਇੱਕ ਪੋਜ਼ਿਟਿਵ ਪੁਆਇੰਟ ਹੈ ਜੱਟਾਂ ਵਾਲੇ ਗੀਤ ਦਾ ਇੱਕ ਨੈਗੇਟਿਵ ਹੈ ਉਹ ਸੋਚਣ ਵਾਲੀ ਗੱਲ ਆਪਣੀ ਵੀ ਇੱਕ ਤਾਂ ਜਿਹੜਾ ਨੈਗੇਟਿਵ ਆ ਉਹ ਤਾਂ ਆਪਾਂ ਕਹਿੰਦੇ ਜੱਟਾਂ ਦੇ ਜਿਹੜੇ ਮੁੰਡੇ ਨੇ ਜਾਂ ਜਮੀ ਨਵੀ ਪਨੀਰੀਆ ਉਹਨੂੰ ਗਲਤ ਪਾਸੇ ਲੈ ਕੇ ਜਾ ਰਿਹਾ ਹੈ ਪਰ ਜੇ ਆਪਾਂ ਦੇਖੀਏ ਇੱਕ ਫਿਲਮ ਚ ਇੱਕ ਹੀਰੋ 10 10 ਜਣਿਆਂ ਨੂੰ ਕੁੱਟ ਜਾਂਦਾ ਉਹ ਸੱਚ ਨਹੀਂ ਹੁੰਦਾ ਪਰ ਉਹ ਹੀਰੋ ਦੇ ਉੱਤੇ ਡਿਪੈਂਡ ਕਰਦਾ ਹੁੰਦਾ ਉਹਦੀ ਕਲਾ ਐਹੋ ਜੀ ਹੁੰਦੀ ਆ ਵੀ ਆਪਾਂ ਨੂੰ ਯਕੀਨ ਆ ਜਾਂਦਾ ਉਹ 10 ਬੰਦਿਆਂ ਨੂੰ ਕੁੱਟ ਗਿਆ ਹੁਣ ਜਿਹੜੇ ਬੰਦੇ ਚੱਲ ਰਹੇ ਨੇ ਚੱਕਮਾ ਤਾਂ ਹੋਰ ਵੀ ਗਾਈ ਜਾਂਦੇ ਨੇ ਜੇ ਉਹਨਾਂ ਦੀ ਪੱਖ ਦੀ ਗੱਲ ਕਰੀਏ ਤਾਂ ਦੇਖੋ ਉਹਨਾਂ ਦੀ ਲਿਖਤ ਚ ਜਾਂ ਉਹਨਾਂ ਦੇ گاਉਂ ਚ ਦਮ ਐਨਾ ਕੁ ਹੁੰਦਾ ਵੀ ਉਹ ਲੋਕਾਂ ਨੂੰ ਯਕੀਨ ਹੋ ਜਾਂਦਾ ਵੀ ਹਾਂ ਵਾਕਈ ਇਹ ਬੰਦਾ ਚੱਕਮਾ ਜਦੋਂ ਕਿ ਆਪਾਂ ਨੂੰ ਵੀ ਪਤਾ ਵੀ ਕਿੰਨੇ ਕੁ ਜੱਟ ਬੰਦੇ ਮਾਰਦੇ ਆ ਜਾਂ گاਉਂ ਵਾਲੇ ਉਹ ਬੰਦੇ ਨੇ ਕਿੰਨੇ ਕੁ ਬੰਦੇ ਮਾਰਤੇ ਹਨ ਤਾਂ ਉਹ ਤਾਂ ਕਲਾ ਵੀ ਹੁੰਦੀ ਹੈ ਵੈਸੇ ਹੈ ਤਾਂ ਪੂਰਾ ਪ੍ਰਭਾਵ ਹੀ ਸਮਾਜ ਤੇ ਮੈਂ ਮੈਂ ਨਾ ਪੜਨ ਨਾਲੋਂ ਜ਼ਿਆਦਾ ਸੁਣਨ 'ਚ ਵਿਸ਼ਵਾਸ ਰੱਖਦਾ ਹਾਂ ਮੈਂ ਸਿੰਗਿੰਗ ਵੀ ਜਿੰਨੀ ਕੁ ਮੈਨੂੰ ਲੱਗਦਾ ਮੈਂ ਸਿੱਖੀ ਹੈ ਉਹ ਮੈਂ ਸੁਣ ਕੇ ਹੀ ਸਿੱਖੀ ਹੈ ਤਾਂ ਮੈਂ ਬਾਬੂ ਰੱਜਵਾਲੀ ਜੀ ਦੀ ਮੈਂ ਕਦੇ ਸ਼ਿਰੀਆਂ ਬਹੁਤ ਸੁਣੀਆਂ ਜਿੱਥੇ ਵੀ ਕੋਈ ਪ੍ਰੋਗਰਾਮ ਹੁੰਦਾ ਬੈਠ ਕੇ ਬਹੁਤ ਸੁਣਦਾ ਜਿਵੇਂ ਕੋਈ ਮੇਲੇ 'ਚ ਆਪਣੇ ਲੱਗੇ ਹੁੰਦੇ ਆ ਮੋਸਟਲੀ ਬੰਦਾ ਕਹਿੰਦਾ ਮੇਲਾ ਕੋ ਮਿਲ ਗਿਆ ਪਰ ਮੇਰਾ ਸੁਣਨ ਦਾ ਜ਼ਿਆਦਾ ਚਕਾ ਆ ਜਿਹੜਾ ਗੀਤ ਦੇ ਵਿਊ ਐ ਮੇਰੇ ਮੇਰੇ ਹਿਸਾਬ ਨਾਲ ਗੀਤ ਦੇ ਵਿਊ ਵਧੀਆ ਆ ਗਏ ਤੇ ਬਹੁਤ ਵਧੀਆ ਆ ਗਏ ਬਹੁਤ ਵਧੀਆ ਚੱਲਿਆ ਗੀਤ ਉਹ ਮੈਂ ਇੱਕ ਤੋਂ ਗੀਤ ਜਿਵੇਂ ਹੁਣ ਸਰਕਾਰੀ ਕੀਤਾ ਸੀਗਾ ਸਾਡਾ ਸਰਕਾਰੀ ਗੀਤ ਵੀ ਵਧੀਆ ਰਿਹਾ ਸੀਗਾ ਵਿਊ ਨਹੀਂ ਮੈਟਰ ਕਰਦੇ ਵਿਊ ਤੁਹਾਡੇ 10000 ਵੀ ਹੋ ਸਕਦੇ ਆ ਪਰ ਉਹਦੇ ਪਿੱਛੇ ਨਾ ਮਤਲਬ ਤੁਹਾਨੂੰ ਪਤਾ ਲੱਗ ਗਿਆ ਨਾ ਵੀ ਗੀਤ ਥੋੜਾ ਚੱਲਿਆ ਜਾਂ ਨਾ ਚੱਲਿਆ ਜਿਹੜੇ ਬਸ ਦੀ ਵਾਰੀ ਆ ਬਸ ਦੀ ਵਾਰੀ ਤੋਂ ਬਾਅਦ ਮੈਨੂੰ ਲੱਗਦਾ ਵੀ ਜਿੰਨੇ ਗੀਤ ਥੱਲੇ ਕਮੈਂਟ ਹੋਣਗੇ ਉਹਨੇ ਫੋਨ ਆਏ ਹੋਣਗੇ ਮੈਨੂੰ ਤਾਂ ਉਹਨਾਂ ਤੋਂ ਮੈਨੂੰ ਐ ਲੱਗਿਆ ਵੀ ਗੀਤ ਚੱਲਿਆ ਮੈਨੂੰ ਵੀ ਹਾਂ ਤੋਂ ਕਦੇ ਵੀ ਵਿਊ ਤੋਂ ਨਹੀਂ ਲੱਗਿਆ ਵੀ ਗੀਤ ਚੱਲ ਗਿਆ ਵਿਊ ਇੱਕ ਹੋਰ ਗੀਤੇ ਵੀ ਮਿਲੀਅਨ ਨੇ ਪਰ ਉਹ ਉਹ ਐਡ ਦੇ ਹਿਸਾਬ ਨਾਲ ਜਾਂ ਹੋਰ ਹਿਸਾਬ ਨਾਲ ਗਲਤ ਮਲਤ ਤਰੀਕਿਆਂ ਨਾਲ ਆ ਜਾਂਦੇ ਆ ਉਹ ਵਿਊ ਦੇ ਹਿਸਾਬ ਨਾਲ ਨਹੀਂ ਪਰ ਗੀਤ ਜਿਹੜਾ ਥੋੜਾ ਸਹੀ ਹੈ ਤੇ ਲੋਕਾਂ ਤਾਂ ਹੀ ਜਾਂਦਾ ਹੈ ਤਾਂ ਉਹਨੇ ਲੋਕ ਤੁਹਾਨੂੰ ਅਪਰੋਚ ਕਰਦੇ ਆ ਉਹਦਾ ਸਵਾ ਮੇਉਦਾਨੀ ਮੈਂ ਬਈ ਪਹਿਲਾ ਡਿਪਲੋਮਾ ਕੀਤਾ ਡਿਪਲੋਮੇ ਤੋਂ ਬਾਅਦ ਮੈਂ ਸਾਲ ਜੌਬ ਕੀਤੀ ਰਫਾਈਨਰੀ ਦੇ ਵਿੱਚ ਐਜ਼ ਇਲੈਕਟ੍ਰੀਸ਼ੀਅਨ ਹਨਾ ਉਸ ਤੋਂ ਬਾਅਦ ਮੈਂ ਬੀਟੈਕ ਕੀਤੀ ਬੀਟੈਕ ਤੋਂ ਬਾਅਦ ਮੈਂ ਏਪੀਡੀਆਰਪੀ ਨਾਨ ਏਪੀਡੀਆਰਪੀ ਦੇ ਪੰਜਾਬ ਚ ਪ੍ਰੋਜੈਕਟ ਆਉਂਦੇ ਆ ਉਹਨਾਂ ਵਿੱਚ ਇਲੈਕਟ੍ਰੀਕਲ ਦੀ ਐਜ਼ ਇੰਜੀਨੀਅਰ ਮੈਂ ਜੌਬ ਕੀਤੀ 2 ਸਾਲ ਤੇ ਮਤਲਬ ਇੱਕ ਨਾ ਜਿਹੜਾ ਬੰਦਾ ਸਾਹਿਤ ਨਾਲ ਜੁੜਿਆ ਹੁੰਦਾ ਉਹਨੂੰ ਨਾ ਸੈਟੀਸਫੈਕਸ਼ਨ ਜੀ ਨਹੀਂ ਹੁੰਦੀ ਉਹਨਾਂ ਕੰਮਾਂ ਜੇ ਫਿਰ ਮੈਂ ਉਹ ਕਰਕੇ ਉਹ ਛੱਡਤਾ ਮੈਂ ਸੋਚਿਆ ਤਾਂ ਇਹੀ ਸੀ ਵੀ ਸਿੰਕਿੰਗ ਦੇ ਵਿੱਚ ਕੁਝ ਕਰਾਂਗੇ ਤੇ ਹੁਣ ਕਰ ਵੀ ਰਹੇ ਹਾਂ ਚਲੋ ਅੱਗੇ ਦੇਖਾਂਗੇ ਵੀ ਇਹ ਕਿੱਤਾ ਬਣਦਾ ਜਾਂ ਨਹੀਂ ਬਣਦਾ ਮੈਂ 5 ਕਿ ਕੀਤੇ ਰਿਕਾਰਡ ਕਰਾ ਚੁੱਕਿਆ ਜਿੰਨਾਂ ਚੋਂ ਚਾਰਾਂ ਦੀ ਅਸੀਂ ਵੀਡੀਓ ਬਣਾਈ ਹੈ ਤੇ ਜਿਹਦੇ ਵਿੱਚ ਬਸ ਦੀ ਵਾਰੀ ਸਾਡਾ ਪਹਿਲਾ ਸੀਗਾ ਆ ਸੌਰੀ ਜਿਹਦੇ ਵਿੱਚ ਸਰਕਾਰੇ ਦੀ ਸਾਡਾ ਪਹਿਲਾ ਸੀਗਾ ਜਿਹੜਾ ਮੇਰਾ ਗੁਰਸਿੱਧੂ ਨਾਲ ਆਇਆ ਸੀ ਗੁਰਸਿੱਧੂ ਐਸ ਟਾਈਮ ਮਿਊਜ਼ਿਕ ਦੇ ਵਿੱਚ ਕਾਫੀ ਅੱਗੇ ਮੁੰਡਾ ਲੰਘ ਗਿਆ ਤੇ ਉਸ ਤੋਂ ਬਾਅਦ ਅਸੀਂ ਕੀਤਾ ਸੀਗਾ ਬਸ ਦੀ ਵਾਰੀ ਇੱਕ ਅਸੀਂ ਕੀਤਾ ਸੀਗਾ ਸੂਰਮੇ ਉਹ ਵੀ ਲੋਕ ਤੱਤ ਸੀਗਾ ਇੱਕ ਅਸੀਂ ਕੀਤਾ ਸੀਗਾ ਬਲੱਡ ਤੇ ਉਹਦੇ ਵੀ ਮਿਲੀਅਨ ਤੋਂ ਉੱਪਰ ਵਿਊ ਹੈ ਤੇ ਇੱਕ ਅਸੀਂ ਕੀਤਾ ਸੀ ਗਦਾਰੀ ਗੀਤ ਉਹ ਬਿਨਾ ਵੀਡੀਓ ਤੋਂ ਹੋ ਧੀ ਨਤ ਕਾਏ ਆਪਣੇ ਹੀ ਪਿੰਡ ਦੀ ਆ ਅਸ਼ਕੀ ਚ ਕਾਟੇ ਯਾਰੋ ਪਤ ਖਿੰਡਦੀ ਹੋ ਯਾਰੀਆਂ ਚ ਟੈਗ ਮਾੜਾ ਯਾਰ ਮਾਰਦਾ ਦਿਲ ਕਦੇ ਤੋੜੀਏ ਨਾ ਸੱਚੇ ਪਿਆਰ ਦਾ ਅੱਛਾ ਪਰਨੇ ਵਾਲੀ ਗੱਲ ਤਾਂ ਇਹ ਹੈ ਵੀ ਦੇਖੋ ਜਿਹੜਾ ਗੁਰਸਿੱਧੂ ਹੈ ਉਹਦਾ ਕਮਰਸ਼ੀਅਲ ਕੰਮ ਜ਼ਿਆਦਾ ਆਇਆ ਹੈ ਤੇ ਉਹ ਮੇਰੇ ਤੋਂ ਮਤਲਬ ਉਹਦਾ ਸਟਾਈਲ ਹੋਰ ਹੈ ਗਾਉਣ ਦਾ ਉਹਦੇ ਗੀਤਾਂ ਦੇ ਟੌਪਿਕ ਹੋਰ ਨੇ ਮੈਨੂੰ ਲੱਗਦਾ ਜੇ ਮੈਂ ਚੱਲਿਆ ਤਾਂ ਮੇਰੇ ਗੀਤਾਂ ਦੇ ਟੌਪਿਕ ਹੋਰ ਨੇ ਉਹ ਉਹ ਜਿਹੜਾ ਜਿਹੜੇ ਮੇਰੇ ਗੀਤਾਂ ਦੇ ਟੌਪਿਕ ਨੇ ਉਹਦੇ ਹਿਸਾਬ ਨਾਲ ਮੈਂ ਪਰਨੇ 'ਚ ਇੰਟਰਵਿਊ ਕਰ ਲਊਗਾ ਉਹ ਕੋਈ ਬਾਲੀ ਵੱਡੀ ਗੱਲ ਨਹੀਂ ਜਿੰਨੀ ਵਾਰ ਵੀ ਹਾਂ ਲੰਗੇ ਸਰਹੰਦ ਕੋਲ ਦੀ ਜਿੰਨੀ ਵਾਰ ਵੀ ਹਾਂ ਲੰਗੇ ਸਰਹੰਦ ਕੋਲ ਦੀ ਸਾਂਭੀ ਬੈਠੀ ਹਾਂ ਮੈਂ ਅਣਖਾਂ ਉਹ ਕੰਦ ਬੋਲਦੀ ਢੰਡੇ ਬੁਰਜ ਚ ਜਉਣ ਦਾ ਖੁਆਬ ਦੇਖਿਆ ਐਸਾ ਬਸਦੀ ਮੈ ਬਾਰੀ ਚੋਂ ਪੰਜਾਬ ਦੇਖਿਆ ਐਸਾ ਬਸਦੀ ਮੈ ਬਾਰੀ ਚੋਂ ਪੰਜਾਬ ਦੇਖਿਆ ਨਦੀ ਸਰਸਾ ਵੀ ਛੋੜੇ ਫੇਰ ਕਿਥੋਂ ਹੋਣ ਮੇਲੇ ਹੱਥੀ ਮਾਰੇ ਹੀਰਾ ਰਾंजे ਕਿਥੋਂ ਛੱਡਣੇ ਸੀ ਬੇਲੇ ਡੋਬ ਇਸ਼ਕ ਹਕੀਕੀ ਰੋਂਦਾ ਚਨਾਬ ਦੇਖਿਆ ਐਸਾ ਬਸਦੀ ਮੈਂ ਬਾਰੀ ਚੋਂ ਪੰਜਾਬ ਦੇਖਿਆ ਉਹ ਵੇੜ ਸਵਿਆ ਚ ਹੈਨੀ ਇਹਲੇ ਐਸੇ ਸਨ ਆਏ ਦਿੱਲੀ ਚੜ ਗਈ ਜਵਾਨੀ ਸੀ ਮੁਕਾਬਲੇ ਬਣਾਏ ਮਾਮੂਲੀ ਜਾਸਪਾਈ ਬਣਦਾ ਜਨਾਬ ਦੇਖਿਆ ਐਸਾ ਬਸਦੀ ਮੈਂ ਬਾਰੀ ਚੋਂ ਪੰਜਾਬ ਦੇਖਿਆ ਦੀ ਸਬਣਾ ਤੂੰ ਤੇ ਬਾਣੀ ਵਿੱਚ ਵਢਾਈ ਲੋਕੀ ਬਦਨੀ ਤੇ ਹੋ ਗਏ ਫਿਰੇ ਹਵਸ਼ੀ ਲੁਕਾਈ ਕੁਦੇ ਕੁੜੀਆਂ ਦੇ ਚਿਹਰੇ ਤੇ ਤੇਜ਼ਾਬ ਦੇਖਿਆ ਐਸਾ ਬਸਦੀ ਮੈ ਬਾਰੀ ਚੋਂ ਪੰਜਾਬ ਦੇਖਿਆ ਦੇਖੋ ਕੋਸ਼ਿਸ਼ ਕਰਨੀ ਚਾਹੀਦੀ ਹੈ ਮੇਰਾ ਤਾਂ ਇਹੀ ਹੈ ਵੀ ਜੇ ਆਪਾਂ ਮਤਲਬ ਗਾਉਂਦੇ ਹੀ ਰਹਾਂਗੇ ਜੇ ਜਿਹੜੇ ਹੁਣ ਗੀਤ ਐ ਇਹੋ ਜਿਹੇ ਚੱਲੇ ਨੇ ਜਿਹੜੇ ਜੱਟ ਬਾਦ ਵਾਲੇ ਆਪਾਂ ਗੀਤ ਚੱਲੇ ਨੇ ਹਣਾ ਤੇ ਉਦੋਂ ਉਦੋਂ ਪਹਿਲਾਂ ਆਪਾਂ ਕਹਿੰਦੇ ਆ ਵੀ ਵਧੀਆ ਗੀਤ ਚੱਲਦੇ ਸੀ ਜਾਂ ਥੋੜੇ ਜੇ ਠੀਕ ਸੀ ਉਦੋਂ ਤਾਂ ਉਹਨਾਂ ਨੇ ਵੀ ਉਦੋਂ ਲੋਕ ਸੁਣਦੇ ਨਹੀਂ ਹੋਣੇ ਉਹਨਾਂ ਨੇ ਟਰਾਈ ਕੀਤੀ ਕਰੀ ਗਈ ਕਰੀ ਗਈ ਕਰੀ ਗਈ ਲੋਕਾਂ ਨੂੰ ਉਹ ਗਾਣੇ ਸੁਣਨ ਲਾਤਾ ਮੈਨੂੰ ਲੱਗਦਾ ਵੀ ਜੇ ਆਪਾਂ ਚੰਗੇ ਗੀਤਾਂ ਦੀ ਟਰਾਈ ਕਰੀ ਜਾਵਾਂਗੇ ਤਾਂ ਹੋ ਸਕਦਾ ਲੋਕ ਸੁਣਨ ਲੱਗ ਜਾਣ ਨਹੀਂ ਮੈਂ ਕਰਦਾ ਵੀਰੇ ਮੈਂ ਪਸ਼ੂਆਂ ਦਾ ਕੰਮ ਸਾਰਾ ਕਰਦਾ 10 ਪਸ਼ੂ ਰੱਖੇ ਹੋਏ ਨੇ ਸਾਡੇ ਠੀਕ ਹੈ ਉਹ 10 ਪਸ਼ੂ ਮੈਂ ਸਾਭਦਾ ਪਰ ਆਪਣੇ ਮੋਸਟਲੀ ਕੀ ਹੁੰਦਾ ਪਰਿਵਾਰ ਦੇ ਵਿੱਚ ਅਸੀਂ ਦੁੱਧ ਘੱਟ ਪਾਉਨੇ ਆ ਹਨ ਤਾਂ ਉਹਦੇ ਚੋਂ ਕੋਈ ਇਨਕਮ ਨਹੀਂ ਹੈਗੀ ਤਾਂ ਫਿਰ ਉਹਨੂੰ ਵਿੱਲਾ ਹੀ ਮੰਨਦੇ ਨੇ ਚਾਹੇ ਉਹ 10 ਪਸ਼ੂ ਆਪਾਂ ਸਾਹਮਦੇ ਆਂ ਘਰਦਿਆਂ ਦੀ ਬਈ ਬਹੁਤ ਜਿਆਦਾ ਸਪੋਰਟ ਆ ਘਰਦਿਆਂ ਦੀ ਦਾਦਾ ਜੀ ਦੀ ਜਿੰਨਾ ਚਿਰ ਦਾਦਾ ਜੀ ਜਿਉਂਦੇ ਸੀ ਉਹਨਾਂ ਚਿਰ ਉਹਨਾਂ ਦੀ ਬਹੁਤ ਸਪੋਰਟ ਸੀ ਘਰਦਿਆਂ ਦੀ ਹੁਣ ਵੀ ਬਹੁਤ ਸਪੋਰਟ ਹੈ ਇੱਥੋਂ ਤੱਕ ਕਿ ਡੈਡੀ ਤਾਂ ਕਈ ਵਾਰੀ ਕਹਿ ਜਾਂਦੇ ਆ ਵੀ ਕੋਈ ਗੱਲ ਨਹੀਂ ਆਪਾਂ ਪਰਪੀਏ ਲਾ ਦੇਾਂਗੇ ਤੂੰ ਦੱਸ ਕਿੰਨੇ ਰੁਪਏ ਲਾਉਣੇ ਆ ਵੀ ਆਪਾਂ ਕਰ ਲੈਨੇ ਆ ਗੀਤ ਵੀ ਜੇ ਤੈਨੂੰ ਲੱਗਦਾ ਵੀ ਆਪਾਂ ਪਰ ਮੈਨੂੰ ਐ ਲੱਗਦਾ ਹੁੰਦਾ ਵੀ ਜਿੱਦੇ ਚੱਲਣਾ ਹੋਇਆ ਉਹਦੇ ਬਿਨ ਵੇ ਰੁਪਏ ਲਾਈ ਚੱਲ ਜਾਾਂਗੇ ਕੋਈ ਐਡੀ ਗੱਲ ਨਹੀਂ ਹੈਗੀ ਬਾਕੀ ਉਹੀ ਗੱਲ ਵੀ ਵਿਹੂਆਂ ਵਾਲੀ ਚੀਜ਼ ਨੂੰ ਤਾਂ ਫਿਰ ਮੈਂ ਅੱਗੇ ਇੱਕ ਗੀਤ ਗਰਲੇ ਜਖਤਰ ਨਾਲ ਆਉਣਾ ਬਾਈ ਮੇਰਾ ਉਹ ਦੇਸੀ ਮਤਲਬ ਇਹਦੇ ਲੀਡਰੀ ਦੇ ਉੱਪਰੀ ਹੈ ਉਹ ਉਹ ਸ਼ਾਇਦ ਅਗਲੇ ਹਫ਼ਤੇ ਤਾਈਂ ਗੀਤ ਆ ਜੇ ਉਸ ਤੋਂ ਬਾਅਦ ਇੱਕ ਚੱਕਮਾ ਗੀਤ ਕੀਤਾ ਹੋਇਆ ਹੈ ਉਹ ਕਿਸੇ ਪ੍ਰੋਡਿਊਸਰ ਨੇ ਕੀਤਾ ਹੋਇਆ ਤਾਂ ਉਹ ਇੰਗਲਿਸ਼ ਜੀ ਵਾਲਾ ਹੈ ਤੇ ਉਹ ਉਹਨੂੰ ਪਤਾ ਵੀ ਕਦੋਂ ਕਰੂਗਾ ਇੱਕ ਗੀਤ ਮੈਂ ਪੱਗ ਤੇ ਕੀਤਾ ਹੋਇਆ ਉਹਦੀ ਟੈਗ ਲਾਈਨ ਅਮਰਤ ਨੇ ਦਿੱਤੀ ਸੀ ਮੈਨੂੰ ਮੇਰਾ ਲਿਖਿਆ ਹੋਇਆ ਲੜ ਪੱਗ ਦੇ ਮੈਂ ਛੇਚਣ ਦਾ ਚੁੰਨੀ ਤੂੰ ਵੀ ਨਾ ਸਿਰ ਤੋਂ ਲਾਵੇਂ ਮੁੱਲ ਪੈ ਜੇ ਲੱਗੀਆਂ ਦਾ ਜੇ ਤੁਰ ਤੱਕ ਤੋੜ ਚੜਾਵੇਂ ਇਹ ਇਹ ਗੀਤ ਦੀ ਵੀਡੀਓ ਬਣੀ ਹੋਈ ਹੈ ਇਹ ਬਾਈ ਬਿੱਲੇ ਢਾਲੀਵਾਲਾ ਰੈਣੀ ਕਰਨਾ ਉਹਨਾਂ ਦਾ ਉਹਦਾ ਧਰਨੇ ਕਰਕੇ ਥੋੜਾ ਜਿਹਾ ਤਾਂ ਕਰਕੇ ਲੇਟ ਹੋ ਗਿਆ ਵੇਲ ਸਵੇ ਆਚ ਹੈ ਨਹੀਂ ਵੇਲੇ ਐਸੇ ਸੰ ਆਏ ਦਿੱਲੀ ਚੜ ਗਈ ਜਬਾਨੀ ਸੀ ਮੁਕਾਬਲੇ ਬਣਾਏ ਮਾਮੂਲੀ ਜਾ ਸਪਾਹੀ ਬਣਦਾ ਲਬਾਬ ਦੇਖਿਆ ਐਸਾ ਬਸਦੀ ਮੈਂ ਬਾਰੀ ਚੋਂ ਪੰਜਾਬ ਦੇਖਿਆ ਐਸਾ ਬਸਦੀ ਮੈਂ ਬਾਰੀ ਚੋਂ ਪੰਜਾਬ ਦੇਖਿਆ